तरन तारण तो एक वड्डी खबर सामने आई है जिथे पिंड रिशियाणा तो 3 साल का बच्चे नू अगवा कर लिया गया है। छोटा बच्चा अपने पिता के नाल मोटरसाइकिल ते किते जा रहा सी ते जद वह कार वापस परत रहे सी ते कुछ कार सवार व्यक्तियां ने उन्हां नू घेरिया ते अड्डा डेहरा साहिब नज़दीक उन्हां नू दातर दी नोक ते पहला तो फोन खोए ते फिर उन्हां कोल पैसे ते जांदे जांदे ओह बच्चे नू अगवा करके ले गए ने। इसकी एक सीसीटीवी वीडियो भी सामने आई है। पुलिस इस मामले की जांच कर रही है, बच्चे की भाल जारी है। उधर परिवार मैंबरां दा रो रो बुरा हाल है, रोंदी विलकदी मां। पंजाब सरकार जिला प्रशासन तो मदद की गुहार लगा रही है, मां अपने पुत नू लभन लई गुहार लगा रही है सरकार तो। उधर परिवारिक मैंबरां ने जानकारी दिंदे होए दस्या कि साडा बच्चा गुरसेवक सिंह वह अपने पिता अंग्रेज सिंह दे नाल किते जा रहा सी ते जद वह घर वापस परत रहे सी तां कुछ व्यक्तियां ने उन्हां नू घेरिया, उन्हां कोल दातर दी नोक ते पहला पैसे खोए, फिर मोबाइल फोन ते फिर साडे बच्चे नू अगवा करके लै गए ने। एक घटना देर रात 8 बजे दे करीब वापरी है। पीड़ित परिवार सरकार तो गुहार लगा रहा है, पुलिस प्रशासन तो अपने बच्चे नू लभण लई गुहार लगा रहे ने। उधर पुलिस मामले की जांच कर रही है ते बच्चे की भाल जारी है। ਹਾਂਜੀ ਭਾਂ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਰਿੰਦਰ। ਅੱਛਾ ਬੱਚਾ ਤੁਹਾਡਾ ਜਿਹੜਾ ਅਗਵਾ ਹੋਇਆ ਉਹਦਾ ਕੀ ਨਾਮ ਹੈ ਬੱਚੇ ਦਾ? ਗੁਰਸੇਵਕ ਸਿੰਘ। ਕਿੰਨੀ ਉਮਰ ਉਹਦੀ? 3 ਸਾਲਾਂ ਦਾ ਬੱਚਾ ਮੇਰਾ। ਤੇ ਕਿੱਥੇ ਗਏ ਹੈ ਘਰੋਂ? ਘਰੋਂ ਇੱਧਰ ਬਾਬੇ ਦੇ ਗਏ ਸੀ, ਬਾਬੇ ਦੇ ਜਾਣੇ ਗੁਰਸੇਵਕ ਪੂਰੀ। ਅੱਛਾ ਜੀ। ਹਾਂਜੀ ਸਰਿਆਣੀ ਸਾਹਿਬ ਵਾਲੇ ਬਾਬੇ। ਤੇ ਕਿੱਥੇ ਕਿ ਜਾ ਕੇ ਮੁੜ ਕੇ ਉਹ ਬੱਚੇ ਨੂੰ ਅਗਵਾ ਕੀਤਾ ਗਿਆ? ਡੇਰਾ ਸਾਹਿਬ ਲੱਗ ਗਏ ਇੱਧਰ। ਤੁਸੀਂ ਨਾਲ ਸੀ? ਨਹੀਂ ਮੈਂ ਨਹੀਂ ਨਾਲ ਹੈਗੀ। ਕੌਣ ਕੌਣ ਜਾ ਰਹੇ ਹੈ? ਦੋਵੇਂ ਹੀ ਪਿਓ ਪੁੱਤੀ। ਹਾਂਜੀ। ਤੇ ਉਹ ਕੀ ਦੱਸਦੇ ਵੀ ਕਿੱਦਾਂ ਘਟਨਾ ਸਾਰੀ? ਕੌਣ ਖੜਦਾ ਗਵਾਹ ਕਰਕੇ? ਗੱਡੀ ਤੇ ਆਉਂਦਾ ਕੋਈ? ਗੱਡੀ ਤੇ। ਕਿਹੜੀ ਗੱਡੀ? ਇੱਕ ਪਛਾਣੀ ਗੱਡੀ ਉਹਨਾਂ? ਅਲਟੋ ਖਣੀ ਆਂਦੇ ਗੱਡੀ। ਦੋ ਮੋਨੇ ਹੀ ਤੇ ਇੱਕ ਆਪਣਾ ਪਾਗਲਾ ਹੀ। ਤੇ ਮੋਟਰਸਾਈਕਲ ਵੀ ਲੈ ਗਏ ਇਹਨਾਂ ਦਾ? ਨਹੀਂ ਮੋਟਰਸਾਈਕਲ ਹੋਰ ਨਹੀਂ ਕੋਈ ਖੜਾ, ਮੋਬਾਈਲ ਤੇ ਪੈਸੇ ਖੜੇ ਆ ਤੇ ਮੁੜ ਕੇ ਬੱਚਾ ਖੋਲਿਆ ਉਹਨਾਂ ਨੇ, ਧੱਕਾ ਮਾਰ ਕੇ ਬੱਚਾ ਖੋਲਿਆ। ਕੀ ਲੱਗਾ ਪਤਾ ਕੁਛ ਕਿ ਨਹੀਂ ਹਲੇ ਤੱਕ? ਨਹੀਂ ਅਜੇ ਨਹੀਂ ਕੋਈ ਪਤਾ ਲੱਗਾ। ਕੀ ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ ਕੋਲੋਂ ਸਰਕਾਰ ਕੋਲੋਂ? ਸਾਡਾ ਬੱਚਾ ਮਿਲਣਾ ਚਾਹੀਦਾ ਬਸ, ਹੋਰ ਸਾਨੂੰ ਕੁਛ ਨਹੀਂ ਚਾਹੀਦਾ, ਸਾਨੂੰ ਬੱਚਾ ਚਾਹੀਦਾ ਸਾਡਾ, ਜਿੰਨਾ ਮਰਜ਼ੀ ਲੱਭ ਕੇ ਦੇਣ। ਮੇਰਾ ਨਾਂ ਕਿਰਪਾਲ ਸਿੰਘ ਹੈ ਜੀ, ਮੈਂ ਪਿੰਡੋਂ ਹੀ ਹਾਂ। ਕਿਹੜਾ ਪਿੰਡ ਤੁਹਾਡਾ? ਮੇਰਾ ਰੈਸ਼ੀਆਣਾ ਪਿੰਡ ਹੈ ਜੀ। ਤੁਹਾਡੇ ਜਿਹੜਾ ਬੱਚਾ ਛੋਟਾ ਜਿਹਾ ਗਵਾਹ ਆ, ਕਿਹਨਾਂ ਦਾ ਬੇਟਾ ਆ ਗਵਾਹ? ਇਹ ਅੰਗਰੇਜ਼ ਸਿੰਘ ਦਾ ਬੇਟਾ ਹੈ ਇਹਨਾਂ ਦਾ। ਕਿੱਥੇ ਗਏ ਘਰੋਂ ਇਹ? ਇਹ ਡੇਰਾ ਸਾਹਿਬਾਂ ਦੇ ਗਏ ਸੀ, ਬਾਬੇ ਤੇ ਮੱਥਾ ਟੇਕਣ ਗਏ ਸੀ ਤੇ ਉੱਥੋਂ ਰਸਤੇ 'ਚੋਂ ਜ਼ਬਰਦਸਤੀ ਖੋਲਿਆ ਜੀ। ਇਹ ਕਾਹਤੇ ਜਾਣ ਡਿਆ ਸੀ? ਇਹ ਮੋਟਰਸਾਈਕਲ 'ਤੇ ਜਾਣ ਡਿਆ ਸੀ ਅਤੇ ਜਾਂਦਿਆਂ ਇਹਨਾਂ ਦੇ ਰਸਤੇ ਦੇ ਵਿੱਚ ਜ਼ਬਰਦਸਤੀ ਟੋਕ ਦਾਤਰ ਦਿਖਾ ਕੇ ਵੱਡੇ ਵੱਡੇ ਅਤੇ ਇੱਕ ਮੋਬਾਈਲ ਖੋਲਿਆ ਅਤੇ ਇੱਕ ਬੱਚਾ ਖੋਲਿਆ ਇਹਨਾਂ ਕੋਲ, ਪੈਸੇ ਵੀ ਖੋਲੇ ਜਿਹੜੇ ਹੈਗੇ ਸੀ। ਲੱਗਾ ਪਤਾ ਕੋਈ ਕਿ ਨਹੀਂ? ਨਹੀਂ ਜੀ, ਅਜੇ ਤਾਈਂ ਕੋਈ ਪਤਾ ਨਹੀਂ ਲੱਗਾ। ਰਾਤ ਕਿੰਨੇ ਕੁ ਵਜੇ ਦੀ ਘਟਨਾ? ਇਹ 7 ਵਜੇ ਦੀ ਘਟਨਾ ਜੀ ਲਗਭਗ। ਅਸੀਂ ਤੇ ਜੀ ਮੰਗ ਕੀ ਕਰਨੀ? ਅਸੀਂ ਤੇ ਬੇਨਤੀ ਕਰਦੇ ਹਾਂ ਵੀ ਬੱਚਾ ਜਿਹੜਾ ਵਾ ਇਹਨਾਂ ਦਾ ਮਿਲਣਾ ਚਾਹੀਦਾ। ਬਹੁਤ ਤਰਸ ਤਰਸ ਕੇ ਇਹਨਾਂ ਨੇ ਲਿਆ, ਬੇਟੀ ਇਹਨਾਂ ਦੀ 12 ਸਾਲ ਦੀ ਹੋ ਗਈ ਆ, ਉਹਦੇ ਤੋਂ ਬਾਅਦ ਇਹ ਬੱਚਾ ਹੋਇਆ ਅਤੇ 3 ਸਾਲ ਦਾ ਬੱਚਾ। ਬੜੀ ਮਿਹਰਬਾਨੀ ਆ, ਤੁਸੀਂ ਵੀ ਸੰਯੋਗ ਦਿਓ, ਸਾਰੇ ਸੰਯੋਗ ਦੇਣ, ਜਿਹੜੇ ਵੀ ਭੈਣ ਭਰਾ ਵੀਡੀਓ ਇਹ ਸੁਣਦੇ ਆ ਸਾਰੇ ਸੰਯੋਗ ਦੇਣ, ਇਹਨਾਂ ਦਾ ਬੱਚਾ ਮਿਲਣਾ ਚਾਹੀਦਾ ਜੀ। ਮਾਤਾ ਕੀ ਨਾਂ ਤੁਹਾਡਾ? ਮੇਰਾ ਨਾਂ ਗਿਆਨ ਕੌਰ ਪੁੱਤਰ। ਮਾਤਾ ਜਿਹੜਾ ਪੋਤਾ ਤੁਹਾਡਾ ਗੁੰਮ ਹੋਇਆ ਵਾ, ਕਿੱਦਾਂ ਇਹਨੂੰ ਕਿੱਦਾਂ ਕਿਡਨੈਪ ਕੀਤਾ ਗਿਆ? ਪੁੱਤ ਘਰੋਂ ਦੇ ਵਾਂਢੇ ਗਏ ਸੀ ਬਾਬੇ ਦੇ ਗੁਰਪੁਰੀ ਮੱਥਾ ਟੇਕਣ, ਕਿਉਂਕਿ ਪਿਓ ਪੁੱਤ ਸੀ ਉੱਥੇ, ਉਹਨਾਂ ਨੇ ਗੱਡੀ ਕਰਕੇ ਅਤੇ ਇਹਨਾਂ ਰੋਕ ਲਿਆ, ਰੋਕ ਕੇ ਦੇ ਵਿੱਚੋਂ ਨਿਕਲ ਕੇ 2 ਜਣਿਆਂ ਨੇ ਫੜ ਲਿਆ, ਦਾਤਰ ਵਿਖਾਇਆ ਉਹਦੇ ਦੇਹਰੇ ਜੋ ਕੁਛ ਹੈਗਾ। ਇਹਨੇ ਆਖਿਆ ਮੇਰੇ ਕੋਲ ਮੋਬਾਈਲ ਲਿਆ ਅਤੇ 300 ਰੁਪਈਆ ਮੇਰੇ ਕੋਲ, ਉਹ ਵੀ ਲੈ ਲਿਆ ਅਤੇ ਕਹਿੰਦਾ ਵੀ ਆਹ ਮੋਟਰਸਾਈਕਲ ਇਹ ਵੀ ਲੈ ਜਾਓ। ਉਹਨਾਂ ਮੋਟਰਸਾਈਕਲ 'ਤੇ ਵੇਖਿਆ ਨਹੀਂ ਅਤੇ ਇੱਕ ਵਿੱਚੋਂ ਨਿਕਲ ਕੇ ਉਹ ਵੇਚ ਹੀ ਬੈਠਾ, ਮੁੜ ਕੇ ਉਦੋਂ ਆਉਂਦਾ ਨਿਕਲਿਆ, ਨਿਕਲ ਕੇ ਕਹਿੰਦਾ ਫੜੋ ਇਹਦਾ ਭੈਣ ਚੋਦਾ ਮੁੰਡਾ ਵਿੱਚ ਸੁੱਟੋ, ਮੁੰਡਾ ਆਉਂਦਾ ਮੇਰੇ ਕੋਲ ਖੋਹ ਕੇ ਤਾਂ ਉਹਨਾਂ ਨੇ ਵਿੱਚ ਛੱਡੇ, ਮੈਨੂੰ ਧੱਕਾ ਦੇ ਕੇ ਸੁੱਟ ਗਏ। ਕੀ ਮੰਗ ਕਰਦੇ ਜੀ ਪੁਲਿਸ ਪ੍ਰਸ਼ਾਸਨ ਕੋਲੋਂ, ਸਰਕਾਰ ਕੋਲੋਂ ਕੀ ਮੰਗ? ਅਸੀਂ ਤਾਂ ਇਹੋ ਹੀ ਕਰਦੇ ਹਾਂ ਵੀ ਸਾਡਾ ਬੱਚਾ ਸਾਨੂੰ ਮਿਲਣਾ ਚਾਹੀਦਾ।